ਅੱਜ ਆਪਾਂ ਸਾਰੇ ਸਵਰਗੀ ਸ੍ਰੀ ਬਲਰਾਮ ਜੀ ਦਾ ਚੰਦਨ ਜੀ ਦੀ ਅੰਤਿਮ ਅਰਦਾਸ ਵਿੱਚ ਸਾਰੇ ਇੱਥੇ ਇਕੱਠੇ ਹੋਏ ਹਾਂ। ਪੰਜਾਬ ਦੇ ਇਤਿਹਾਸ ਵਿੱਚ ਟੰਡਨ ਸਾਹਿਬ ਦਾ ਪੱਕਾ ਜ਼ਿਕਰ ਰਹੂਗਾ। ਉਹਨਾਂ ਦਾ ਮੇਰੇ ਪਿਤਾ ਨਾਲ ਇੱਕ ਭਰਾਵਾਂ ਵਾਂਗੂ ਸੰਬੰਧ, ਇੱਕ ਜੋੜੀ ਸਮਝੋ, ਕਿਉਂਕਿ ਜਦੋਂ ਬਾਦ ਸਾਹਿਬ ਮੁੱਖ ਮੰਤਰੀ ਬਣਦੇ ਸੀ ਉਹਦੇ ਨਾਲ ਦੀ ਕੋਠੀ ਟੰਡਨ ਸਾਹਿਬ ਮੰਤਰੀ ਬਣਦੇ ਸੀ। ਕੋਈ ਵੀ ਸਮੱਸਿਆ ਆਏ ਮੇਰੇ ਪਿਤਾ ਬਾਦਲ ਸਾਹਿਬ ਉਹਦੇ ਕਹਿੰਦੇ ਟੰਡਨ ਸਾਹਿਬ ਬਾਬੂ ਨੇ ਸਲਾਹ ਲਏ। ਮੈਂ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਜੋ ਲੈਵਲ ਆਫ ਕਮਿਟਮੈਂਟ ਖਾਸ ਕਰਕੇ ਪੋਲੀਟਿਕਸ ਪੁਰਾਣੀ ਲੀਡਰਸ਼ਿਪ ਦੀ ਹੈ ਜਾਂ ਸੀ ਅੱਜ ਦੀ ਲੀਡਰਸ਼ਿਪ, ਇੰਨੀ ਕਮਿਟਮੈਂਟ ਨਹੀਂ ਹੈ ਜੋ ਪੁਰਾਣੀ ਲੀਡਰਸ਼ਿਪ। ਜਿਵੇਂ ਵਾਜਪਾਈ ਸਾਹਿਬ, ਚੌਧਰੀ ਚਰਨ ਸਿੰਘ ਜੀ, ਚੌਧਰੀ ਦੇਵਲਾਲ ਜੀ, ਮੇਰੇ ਬਾਦਲ, ਆਹ ਉਹ ਜਨਰੇਸ਼ਨ ਹੈ ਜਿਹਨਾਂ ਨੇ ਸਾਰਾ ਕੁਛ ਹੀ ਦੇਸ਼ ਲਈ ਲਾ ਦਿੱਤਾ, ਆਪਣੇ ਸੂਬੇ ਲਈ ਲਾ ਦਿੱਤਾ। ਉਹਨਾਂ ਦਾ ਸਾਰਾ ਜੀਵਨ ਹੀ ਸੰਘਰਸ਼ ਰਿਹਾ। ਇਹਨਾਂ ਲੀਡਰਸ਼ਿਪ ਦੇ ਵਿੱਚ ਪਰਿਵਾਰ ਨਾਮ ਦੀ ਕੋਈ ਚੀਜ਼ ਨਹੀਂ ਸੀ, ਪਰਿਵਾਰ ਪਿੱਛੇ ਸੀ, ਲੋਕ ਅੱਗੇ ਸੀ, ਪਾਰਟੀ ਅੱਗੇ ਸੀ। ਤੁਸੀਂ ਦੇਖ ਲਓ ਮੇਰੇ ਪਿਤਾ ਬਾਦਲ ਸਾਹਿਬ 16 ਸਾਲ ਜੇਲ੍ਹ ਚ ਰਹੇ ਦੇਸ਼ ਦੇ ਆਜ਼ਾਦ ਹੋਣ ਦੇ ਬਾਅਦ। ਚੌਧਰੀ ਚਰਨ ਸਿੰਘ ਜੀ, ਵਾਜਪਾਈ ਜੀ ਸਾਰੇ ਇਕੱਠੇ ਜੇਲ੍ਹ ਚ ਹੁੰਦੇ ਸੀ। ਮਕਸਦ ਜਨਤਾ ਨੂੰ ਇਨਸਾਫ ਦੇਣਾ। ਅੱਜ ਉਹ ਲੀਡਰਸ਼ਿਪ ਹੌਲੀ ਹੌਲੀ ਆਪਣੇ ਵਿੱਚ ਨਹੀਂ ਰਹੀ, ਖਾਸ ਕਰਕੇ ਨਿਊ ਜਨਰੇਸ਼ਨ ਨੂੰ ਆਪਣੀ ਪੁਰਾਣੀ ਲੀਡਰਸ਼ਿਪ ਦੇ ਕੀਤੇ ਹੋਏ ਕੰਮਾਂ ਤੋਂ, ਉਹਨਾਂ ਦੀ ਸੋਚ ਤੋਂ, ਉਹਨਾਂ ਦੇ ਜੀਵਨ ਤੋਂ ਸਿੱਖ ਦੀ ਲੋੜ ਹੈ। ਫਿਰ ਅੱਜ ਆਪਾਂ ਸਾਰੇ ਟੰਡਨ ਸਾਹਿਬ ਜੀ ਦੇ ਜੀਵਨ ਬਾਰੇ ਸਾਰੇ ਵਿਚਾਰਾਂ ਕੀਤੀਆਂ। ਮੇਰੇ ਪਿਤਾ ਬਾਦਲ ਸਾਹਿਬ ਨੇ ਆਪ ਇੱਥੇ ਆਉਣਾ ਸੀ ਪਰ ਉਹਨਾਂ ਦੀ ਸਿਹਤ ਢਿੱਲੀ ਹੋਣ ਕਰਕੇ ਪਿੰਡੋਂ ਚੱਲੇ, ਕਹਿੰਦੇ ਮੈਂ ਜ਼ਰੂਰ ਆਉਣਾ ਪਰ ਇੱਥੇ ਜਦੋਂ ਪਹੁੰਚੇ ਡਾਕਟਰ ਸਾਹਿਬ ਨੇ ਉਹਨਾਂ ਨੂੰ ਐਡਵਾਈਸ ਕੀਤਾ ਕਿ ਕਿਉਂਕਿ ਪਹਿਲੇ ਵਾਇਰਲ ਚੱਲ ਰਿਹਾ ਸੀ, ਉਹਨਾਂ ਦਾ ਵੀਕਨੈਸ ਬਹੁਤ ਜ਼ਿਆਦਾ ਹੋ ਗਈ ਅਤੇ ਉਹ ਕਹਿੰਦੇ ਮੈਥੋਂ ਆ ਨਹੀਂ ਸਕਦਾ। ਕਹਿੰਦੇ ਮੇਰੇ ਤਰਫੋਂ ਇਸ ਸਮਾਗਮ ਜ਼ਰੂਰ ਹਿੱਸਾ ਲਈ, ਮੈਂ ਸਮੁੱਚੇ ਅਕਾਲੀ ਦਲ ਤਰਫੋਂ, ਸਾਰੇ ਪੰਜਾਬੀਆਂ ਤਰਫੋਂ ਪਰਮਾਤਮਾ ਦੇ ਚਰਨਾਂ ਚਾਹੀਏ ਅਰਦਾਸ ਬੇਨਤੀ ਕਰਦਾ ਕਿ ਟੰਡਨ ਸਾਹਿਬ ਦੀ ਆਤਮਾ ਨੂੰ ਆਪਣੇ ਗੋਦ ਵਿੱਚ ਜਗ੍ਹਾ ਦੇਣ ਅਤੇ ਸਾਰੀ ਪਾਰਟੀ ਨੂੰ, ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।